ਬੇਟਾ ਤੂੰ ਮੈਨੂੰ ਕੈਨੇਡਾ ਪੁੱਛਿਆ ਸੀ ਨਾ ਕਿ ਆਪਾਂ ਇੰਡੀਆ ਕਿਉਂ ਜਾ ਰਹੇ ਹਾਂ। ਮੈਂ ਤੇਰਾ ਇਸ ਸਮਾਧੀ ਤੇ ਮੱਥਾ ਟਿਕਾਉਣਾ ਚਾਹੁੰਦਾ ਸੀ। ਡੈਡ। ਹਾਂ ਬੇਟਾ, ਇਸ ਸਮਾਧੀ ਮਿੱਤਰੋ ਦੀ ਆ। ਕਿਸੇ ਵੀ ਜਗ੍ਹਾ ਤੇ ਸਿਰ ਝੁਕਾਉਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕੌਣ ਹੈ ਜਿਸ ਤਿਆਦ ਵਿੱਚ ਤੁਸੀਂ ਆਪਣੇ ਆਪ ਨੂੰ ਝੁਕਾ ਰਹੇ ਹੋ। ਮਿੱਤਰ ਮੇਰੇ ਬੀਤੇ ਹੋਏ ਕੱਲ ਦੀ ਕਹਾਣੀ ਸੀ ਮੇਰੇ ਬੱਚੇ, ਤੇ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੇ ਬੀਤੇ ਹੋਏ ਕੱਲ ਦੀ ਕਹਾਣੀ ਤੈਨੂੰ ਕੋਈ ਹੋਰ ਸੁਣਾਵੇ। ਅਦਬ ਤੇ ਸਤਿਕਾਰ ਨਾਲ ਜੇ ਤੂੰ ਮਿੱਤਰ ਨੂੰ ਆਪਣੀ ਵੱਡੀ ਮਾਂ ਕਹਿ ਕੇ ਬੁਲਾਵੇ ਤਾਂ ਸ਼ਾਇਦ ਗਲਤ ਨਹੀਂ ਹੋਏਗਾ। Dad, what do you mean? So, she's supposed to be my mother? ਹਾਂ ਬੇਟੇ, ਮਿੱਤਰੋ ਤੇਰੀ ਮਾਂ ਨਾਲ ਇੱਕ ਉਮਰ ਵੱਡੀ ਸੀ, ਜਿਹਨੇ ਤੇਰੇ ਬਾਪ ਦਾ ਬਚਪਨ ਤੋਂ ਜਵਾਨੀ ਤੱਕ ਸਾਥ ਦਿੱਤਾ, ਤੇ ਫਿਰ ਆਪ ਅਚਾਨਕ ਮੈਨੂੰ ਤੇਰੀ ਮਾਂ ਦੇ ਹਵਾਲੇ ਕਰਕੇ ਇਸ ਦੁਨੀਆ ਤੋਂ ਚਲੀ ਗਈ। Dad, ਤੁਸੀਂ ਇਹ ਗੱਲ ਕਹਿ ਕੇ ਮੈਨੂੰ ਹੋਰ ਵੀ ਐਕਸਾਈਟਡ ਕਰ ਦਿੱਤਾ। I want to know everything about Mitro. ਤੁਸੀਂ ਮੈਨੂੰ ਉਹਦੇ ਬਾਰੇ ਸਭ ਕੁਝ ਦੱਸੋ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਬਚਪਨ ਦੇ ਉਹ ਦਿਨ ਜਦ ਮੈਂ ਤੇ ਮਿੱਤਰੋ ਪਿੰਡ ਦੇ ਸਕੂਲ ਵਿੱਚ ਇਕੱਠਿਆਂ ਪੜ੍ਹਦੇ ਸੀ, ਪਿੰਡ ਦੀਆਂ ਗਲੀਆਂ ਤੇ ਖੇਤਾਂ ਵਿੱਚ ਖੇਡਿਆ ਕਰਦੇ ਸੀ। ਬਚਪਨ ਦੇ ਉਸ ਪਵਿੱਤਰ ਰਿਸ਼ਤੇ ਉੱਪਰ ਗੁਰੂਆਂ ਦਾ ਆਸ਼ੀਰਵਾਦ ਸੀ। ਬਾਬੇ ਦੀ ਬਾਣੀ ਤੋਂ ਖੰਭਦਾਰ ਲੈ ਕੇ ਖੇਤਾਂ ਦੀ ਆਬੋ ਹਵਾ ਵਿੱਚ ਉੱਡਿਆ ਕਰਦੇ ਸੀ। ਲੋ ਜੀ ਲੱਸੀ। ਸਰਦਾਰਨੀ ਜੀ, ਅਜੇ ਤੱਕ ਖਿੱਦੂ ਦਾ ਕੀ ਕਰਨਾ? ਸਵੇਰ ਦਾ ਤੁਹਾਡੇ ਸਾਹਮਣੇ ਹੱਥ ਬੰਨੀ ਬੈਠਾ। ਕਰਨਾ ਕੀ ਹੈ? ਇਹਨੂੰ ਮੇਰੀ ਅਲਮਾਰੀ ਦੀ ਚਾਬੀ ਦੇ, ਇਹ ਉਹ ਚੋਂ ਵਿਸਕੀ ਦੀ ਬੋਤਲ ਚੱਕੇ ਪੀ ਕੇ ਆਪਣੀ ਕਾਰ ਵਾਲੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰੇ। ਉਹ ਬੱਚਿਆਂ ਵਾਲੇ ਹੋ, ਮੈਂ ਤਾਂ ਪਹਿਲਾਂ ਹੀ ਘਰ ਵਾਲੀ ਤੋਂ ਮਾਫੀਆਂ ਮੰਗਦਾ ਆਇਆ, ਹੁਣ ਤੁਹਾਡੇ ਮੂਹਰੇ ਹੱਥ ਬੰਨੀ ਬੈਠਾ ਸਭ ਵੱਡੇ ਮਹਾਰਾਜ ਦੀ। ਐਤਕੀ ਮਾਫ ਕਰ ਦਿਓ, ਗਾਹਾਂ ਤਾਂ ਮੈਂ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ। ਚੱਲ ਠੀਕ ਹੈ ਠੀਕ ਹੈ, ਐਤਕੀ ਤਾਂ ਤੈਨੂੰ ਸਰਦਾਰ ਜੀ ਨੇ ਮਾਫ ਕਰ ਦਿੱਤਾ, ਪਰ ਹੁਣ ਤੂੰ ਖਿਆਲ ਰੱਖੀ ਅੱਗੇ ਤੋਂ ਇਹੋ ਜਿਹੀ ਗਲਤੀ ਨਾ ਹੋਵੇ। ਨਾ ਜੀ ਨਾ ਜੀ ਨਾ ਜੀ, ਜਾ ਜਾ ਕੇ ਕੰਮ ਕਰ। ਤੇ ਤੁਸੀਂ ਵੀ ਥੋੜੀ ਘੱਟ ਕਰੋ, ਸਵੇਰੇ ਸਵੇਰੇ ਲੋਕੀ ਚਾਹ ਪੀਂਦੇ ਆ ਤੇ ਤੁਹਾਨੂੰ ਲੱਸੀ ਚਾਹੀਦੀ ਹੈ। ਹਜ਼ੂਰ, ਮੈਨੂੰ ਦਬੜੀ ਖਾਨੇ ਵਾਲੇ ਸਰਦਾਰਾਂ ਨੇ ਘੋੜਿਆਂ ਦੀ ਰਕਮ ਲਈ ਭੇਜਿਆ।
ਪੂਰਨ ਸਿੰਘ ਓ ਪੂਰਨ ਸਿੰਘ ਹਾਂ ਵੀਰ ਜੀ ਜਿਹੜੀਆਂ ਤੋਂ ਘੋੜੀਆਂ ਤੇ ਬਛੇਰੀ ਆਪਾਂ ਨੂੰ ਦਬੜੀ ਖਾਣੇ ਵਾੜਿਆਂ ਨੇ ਭੇਜੀਆਂ ਨੇ ਉਹ ਪਹਿਲਾਂ ਆਪਾਂ ਕਿੰਨੇ ਦਿਨ ਲਈਆਂ ਨੇ ਵੀਰ ਜੀ ਇਹ ਦੋ ਘੋੜੀਆਂ ਦੇ 10-10 ਹਜ਼ਾਰ ਤੇ 5 ਹਜ਼ਾਰ ਬਛੇਰੀ ਦੇ ਪੂਰੇ 25 ਹਜ਼ਾਰ ਹੋ ਗਏ ਮਿੱਠਾ ਸਿੰਘ ਓ ਮਿੱਠਾ ਸਿੰਘ ਆ ਸਰਦਾਰ ਜੀ ਮੈਨੂੰ ਯਾਦ ਕਰਿਆ ਜੀ ਮਿੱਠਾ ਸਿੰਘ ਤਿਜੋਰੀ ਚੋਂ 25 ਹਜ਼ਾਰ ਰੁਪਏ ਕੱਢ ਕੇ ਡਬੜੀ ਖਾਣੇ ਵਾਲੇ ਬੰਦੇ ਨੂੰ ਦੇ ਦੇ ਆਪਾਂ ਇਹਨਾਂ ਕੋਲ ਦੋ ਘੋੜੀਆਂ ਤੇ ਇੱਕ ਬਛੇਰੀ ਖਰੀਦੀਏ ਕਿਆ ਭੋਲੀਆਂ ਗੱਲਾਂ ਕਰਦੇ ਹੋ ਸਰਦਾਰ ਜੀ ਹੈਂ ਆ ਦੋ ਘੋੜੀਆਂ ਤੇ ਬਛੇਰੀ ਦਾ ਮੁੱਲ 25 ਹਜ਼ਾਰ ਤੁਸੀਂ ਚੱਲੋ ਸਹਿਰ ਮੇਰੇ ਨਾਲ ਤੁਹਾਨੂੰ ਮੈਂ 25 ਹਜ਼ਾਰ ਦੇ ਵਿੱਚ ਦੋ ਹਾਥੀ ਖਰੀਦ ਦਿੰਦਾ ਲੰਘਦੇ ਵੜਦਿਆਂ ਨੂੰ ਸਲਾਮੀ ਦਿਆ ਕਰਨਗੇ ਜੀ ਮਿੱਠਾ ਸਿਆ ਮੁੱਲ ਹੋ ਚੁੱਕਾ ਹੈ ਨਾਲੇ ਪੂਰਨ ਸਿੰਘ ਹੋਰੀ ਜ਼ਬਾਨ ਦੇ ਚੁੱਕੇ ਨੇ ਹੁਣ ਦੱਸ ਲੈ ਫੇਰ ਤਾਂ ਇਹਨਾਂ ਘੋੜੀਆਂ ਦੇ ਸੁੰਡ ਲਾ ਦੋ ਜੀ ਇਹੀ ਹਾਥੀ ਨੇ ਫਿਰ ਮੱਧੂ ਵਾਲਾ ਬਜੰਤੀ ਮਾਲਾ ਇਹਨਾਂ ਦਾ ਕਿਆ ਮੁਕਾਬਲਾ ਕਰਨਗੇ ਜੀ ਆਡੇ ਜੀ ਰਾਨੀ ਵਰਗੀ ਬਛੇਰੀ ਵੀ ਖੜੀ ਹੈ ਕੋਲੇ ਉਹ ਦਬੜੀ ਖਾਨੇ ਵਾਲਿਆ ਆ ਜਾ ਭਾਈ ਗੁੱਠਾ ਲਾ ਕੇ 25 ਹਜ਼ਾਰ ਪੋਜੇ ਚ ਪਾ ਗਿਣ ਕੇ ਮੈਂ ਦਿੰਦਾ ਜੀ ਪੈਸੇ ਆ ਜਾਓ ਭਾਈ ਆ ਜਾਓ ਮਾਂ ਮੈਂ ਸਕੂਲੇ ਚੱਲੇ ਆ ਹਾਂ ਜਾ ਪੁੱਛੇ ਦੀ ਜਾ ਤੇਰਾ ਵੀਰ ਤਾਂ ਤਿਆਰ ਹੋਇਆ ਟਾਂਗੇ ਚ ਬੈਠਾ ਤੇਰਾ ਚ ਰੂਬੀ ਖੜਾ ਉਡੀਕਦਾ ਹੋਗਾ ਜਾ ਜਾ ਮੇਰਾ ਬੱਚਾ ਚੱਲ ਚੱਲੀਏ ਸਕੂਲੋ ਦੋ ਪੱਤਰੀ ਅਨਾਰਾ ਦੇਵੇ ਸਾਡੀ ਗਲੀ ਲੰਘ ਮਾਇਆ ਆਜਾ ਰੂਪ ਆਜਾ ਬੱਚਿਆ ਆਜਾ ਜੀ ਰੂਪ ਚੱਲ ਹੱਥ ਕਰ ਹੱਥ ਛੱਡੋ ਮਾਸਟਰ ਜੀ ਠੰਡ ਬੜੀ ਹੋ ਰਹੀ ਹੈ ਕੱਲ ਦਸਤਾਨੇ ਪਾ ਕੇ ਆਉਂਗਾ ਫੇਰ ਲਾ ਲਿਓ ਜੀ ਦਸਤਾਨੇ ਦਿਆ ਲੱਗਦੇ ਆ ਚੰਗਾ ਫੇਰ ਹੱਥ ਉੱਪਰ ਕਰ ਉੱਪਰ ਕਰ ਹੱਥ ਸਿੱਧੇ ਉੱਪਰ ਮਾਸਟਰ ਜੀ ਆ ਲੋ ਜੀ ਉਹ ਪਾਸ਼ੋ ਦੀ ਇਹ ਬੱਚੀ ਏ ਤੂੰ ਤਾਂ ਕਹਿੰਦੀ ਸੀ ਮੱਝ ਨਹੀਂ ਮਿਲੀ ਤੇ ਆ ਦੁੱਧ ਕਿੱਥੋਂ ਆ ਟੱਪ ਗਿਆ ਚੱਲ ਜਾ ਬੈਠ ਆਪਣੀ ਸੀਟ ਤੇ ਤੇ ਤੁਸੀਂ ਉਹ ਡੰਗਰੋ ਜਾਓ ਤੁਸੀਂ ਵੀ ਜਾ ਕੇ ਬੈਠੋ ਮਾਸਟਰ ਜੀ ਤੁਹਾਡੇ ਵੀ ਸਾਰੇ ਆਈ ਪਿਆ ਕੀ ਵਕਦਾ ਓਏ ਮੈਨੂੰ ਤਾਂ ਇਹ ਹਿੱਲਿਆ ਲੱਗਦਾ ਚੁੱਪ ਲੈ ਬਈ ਨਾਮੇ ਦੇ ਪੋਤਿਆ ਸਾਡੀ ਕੁੜੀ ਨੂੰ ਵੀ ਕਲਾਸ 'ਚ ਬਿਠਾ ਇਹਨੂੰ ਵੀ ਪੜ੍ਹਨਾ ਲਿਖਣਾ ਸਿਖਾ ਘੱਟੋ ਘੱਟ ਬੱਸ ਦੇ ਅੱਖਰ ਪੜ੍ਹਨ ਜੋਗੀ ਤਾਂ ਹੋ ਜਾਏ ਉਹ ਸਿਖਾ ਦਿੰਦੇ ਆ ਸ਼ਬੋ ਰਾਣੀਏ ਸਿਖਾ ਦਿੰਦੇ ਆ ਅਸੀਂ ਕਿਹੜਾ ਇੱਥੇ ਦਾਤਣਾ ਵੇਚਦੇ ਆ ਲੋਕਾਂ ਦੇ ਜਵਾਕ ਹੀ ਪੜ੍ਹਾਈ ਦੇ ਫੀਸ ਲਿਆਈ ਆ ਵੇ ਲਿਆਈ ਆ ਪੈਸੇ ਲਏ ਬਿਨਾਂ ਤਾਂ ਤੂੰ ਕਿਸੇ ਅਨਪੜ੍ਹ ਦੀ ਚਿੱਠੀ ਨਾ ਪੜ੍ਹੇ ਕਿਸੇ ਨੂੰ ਪੜ੍ਹਾਏਗਾ ਕੀ ਆ ਫੜ ਗਿਲ ਨਹੀਂ ਕੀ ਨਾਂ ਇਹਦਾ ਮਿੱਤਰੋ ਮਿੱਤਰੋ ਕਿੱਡਾ ਸੋਹਣਾ ਨਾਂ ਆ ਬੇਟੇ ਮਿੱਤਰੋ ਜਾ ਜਾ ਕੇ ਬੈਠ ਕਲਾਸ 'ਚ ਤੇ ਤੂੰ ਵੀ ਚੱਲ ਸ਼ਬੋ ਰਾਣੀਏ ਤੇਰੀ ਕੁੜੀ ਅਸੀਂ ਕਰ ਲਈ ਦਾਖਲ ਚੰਗਾ ਚੰਗਾ ਹਾਂ ਤੇ ਬੱਚਿਓ ਮੈਂ ਤੁਹਾਨੂੰ ਕੱਲ ਪੜਾਇਆ ਸੀ ਬਈ ਜਿਹੜੇ ਇਹ ਦਿਨ ਰਾਤ ਬਣਦੇ ਨੇ ਜਾਂ ਰੁੱਤਾਂ ਬਦਲਦੀਆਂ ਨੇ ਉਹ ਇਸ ਲਈ ਬਣਦੇ ਨੇ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਇਹਦੇ ਵਿੱਚ ਜੇਕਰ ਕਿਸੇ ਨੂੰ ਕੋਈ ਸ਼ੱਕ ਤਾਂ ਹੱਥ ਖੜਾ ਕਰੇ ਹਾਂ ਬਈ ਕਾਕਾ ਖੜਾ ਹੋ ਹਾਂ ਦੱਸ ਤੈਨੂੰ ਕੀ ਸ਼ੱਕ ਹੈ